शादी वाले दिन भी, खत्म वाले दिन भी छुट्टी कोई नहीं, शुभरात वाले दिन भी छुट्टी कोई नहीं। ते क्योंकि असि इस काम च लगे रहने हैं कि सानू पैसे भी मिलते रहने, ते पैसों तो भी छुट्टी कोई नहीं। अस्सलाम वालेकुम। वालेकुम अस्सलाम। की हाल ने प्यारे भाई? ठीक, तुसी सुनाओ? अल्लाह दा शुक्र। अच्छा, की नाम है प्यारे भाई दा? नासर अली नाम है। अच्छा नासर भाई, माशाल्लाह किन्ने अरसे तो मज्जां दा कारोबार कर रहे हो? 5-6 साल तो। ਤੁਸੀਂ 5-6 ਸਾਲ ਤੋਂ ਇਹ ਕਾਰੋਬਾਰ ਕਰਦੇ ਹੋ ਪੇ, ਤੇ ਤੁਹਾਡੀ ਕਿੰਨੀ ਉਮਰ ਹੈ? 17 ਸਾਲ। ਮਾਸ਼ਾਅੱਲਾ, 12 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਕਾਰੋਬਾਰ ਦੇ ਅੰਦਰ ਐਂਟਰ ਹੋਏ ਹੋ। ਇਹ ਦੱਸੋ, ਇਹ ਕੰਮ ਤੋਂ ਮੁਤਮਿਨ ਹੋ? ਜੀ, ਇਹ ਸ਼ਾਦੀ ਵਾਲੇ ਦਿਨ ਵੀ, ਖਤਮ ਵਾਲੇ ਦਿਨ ਵੀ ਛੁੱਟੀ ਕੋਈ ਨਹੀਂ, ਸ਼ੁਭਰਾਤ ਵਾਲੇ ਦਿਨ ਵੀ ਛੁੱਟੀ ਕੋਈ ਨਹੀਂ। ਤੇ ਕਿਉਂਕਿ ਅਸੀਂ ਇਸ ਕੰਮ 'ਚ ਲੱਗੇ ਰਹਿੰਦੇ ਹਾਂ ਕਿ ਸਾਨੂੰ ਪੈਸੇ ਵੀ ਮਿਲਦੇ ਰਹਿੰਦੇ, ਅਤੇ ਪੈਸਿਆਂ ਤੋਂ ਵੀ ਛੁੱਟੀ ਕੋਈ ਨਹੀਂ। ਕਿਆ ਬਾਤ ਹੈ! ਯਾਨੀ ਕਿ ਨਾ ਤੁਹਾਨੂੰ ਛੁੱਟੀ ਹੈ ਤੇ ਨਾ ਪੈਸਿਆਂ ਦੀ ਛੁੱਟੀ ਹੈ? ਜੀ, ਪੈਸੇ ਵੀ ਹੁੰਦੇ ਰਹਿੰਦੇ ਨੇ, ਪੈਸੇ ਸਹੀ ਆ ਰਹੇ ਨੇ, ਪੈਸੇ ਸਹੀ ਆ ਰਹੇ ਨੇ, ਪੈਸੇ ਵੀ ਸਹੀ ਆ ਰਹੇ ਤੇ ਕੰਮ ਵੀ ਹੁੰਦਾ ਰਹਿੰਦਾ। ਮਾਸ਼ਾਅੱਲਾ, ਅੱਜ ਕੱਲ ਤੁਹਾਨੂੰ ਕਿੰਨੀ ਕੋਈ ਪ੍ਰੋਫਿਟ ਹੋ ਰਹੀ ਹੈ ਰੋਜ਼ਾਨਾ ਦੀ ਬੇਸ ਤੇ? 3000। ਸਾਰੇ ਹਰਾਜਾਤ ਕੱਢ ਕੇ? ਜੀ। ਤੇ ਕਿੰਨੇ ਜਾਨਵਰ ਜੀ ਇਸ ਟਾਈਮ? ਸਾਰੇ 10 ਮੱਝਾਂ ਨੇ। 10 ਮੱਝਾਂ ਨੇ, ਕਿੰਨੀਆਂ ਦੁੱਧ ਦੇ ਰਹੀਆਂ ਨੇ? 4 ਤੋਂ 5 ਮੱਝਾਂ ਦੁੱਧ ਦੇ ਰਹੀਆਂ। ਅੱਜ ਕੱਲ ਤੁਹਾਡੀ ਜਿਹੜੀ ਪ੍ਰੋਫਿਟ ਹੈ ਉਹ ਕੰਮ ਹੈ ਜੀ? ਤੁਹਾਡੀ ਪ੍ਰੋਫਿਟ ਜਦੋਂ ਜ਼ਿਆਦਾ ਹੁੰਦੀ ਹੈ, ਜ਼ਿਆਦਾ ਤੋਂ ਜ਼ਿਆਦਾ ਕਿੰਨੀ ਪ੍ਰੋਫਿਟ ਹੁੰਦੀ ਹੈ, ਤੇ ਕਿਹੜੇ ਮੌਸਮ 'ਚ ਜ਼ਿਆਦਾ ਪ੍ਰੋਫਿਟ ਹੁੰਦੀ ਹੈ? ਗਰਮੀਆਂ 'ਚ ਹੁੰਦੀ ਹੈ ਕਿ 5-6 ਮਹੀਨੇ 'ਚ ਜਾ ਕੇ 6000 ਰੁਪਇਆ, 5-6000 ਰੁਪਇਆ ਹੁੰਦੀ। ਠੀਕ। ਤੇ ਅੱਜ ਕੱਲ ਮੱਝਾਂ ਸੂਣ ਵਾਲੀਆਂ ਨੇ? ਹਾਂਜੀ। ਕਿੰਨੀਆਂ ਮੱਝਾਂ ਸੂਣ ਵਾਲੀਆਂ ਨੇ? 5-6 ਮੱਝਾਂ ਸੂਣ। ਠੀਕ ਹੈ। ਮਾਸ਼ਾਅੱਲਾ, ਤੁਸੀਂ ਨੌਜਵਾਨ ਹੋ, ਇਹ ਦੱਸੋ ਜਿਹੜੀਆਂ ਮੱਝਾਂ ਰੱਖੀਆਂ ਜੇ, ਖੁਦ ਖਰੀਦਦੇ ਹੋ ਜਾਂ ਕਿ ਕਿਸੇ ਨੂੰ ਨਾਲ ਲੈ ਕੇ ਜਾਂਦੇ ਹੋ? ਖੁਦ ਖਰੀਦੀ ਦੀਆਂ। ਕਿਹੜੇ ਇਲਾਕੇ 'ਚ ਜਾਂਦੇ ਹੋ? ਚੀਚਾ ਵਤਨੀ ਜਾਇਦਾ ਤੇ ਜੇਲ ਮਜਾਇਦਾ। ਜਦੋਂ ਮੱਝ ਦੀ ਖਰੀਦਦਾਰੀ ਕਰਦੇ ਹੋ, ਕਿਹੜੀ ਮੱਝ ਨੂੰ ਤਰਜੀਹ ਦਿੰਦੇ ਹੋ, ਤੇ ਮੱਝ ਖਰੀਦਿਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ? ਕਿਹੜੀਆਂ ਮੱਝਾਂ ਦਾ ਖਿਆਲ ਰੱਖਣਾ ਹੈ? ਮੱਝਾਂ ਦਾ ਇਹ ਵੇਖੀਆ ਕਿ ਦੁੱਧ ਮੱਝਾਂ ਦੇਣੀਆਂ ਤੇ ਝੋਟੀਆਂ ਹੋਣ ਤੇ ਸੋਹਣੀਆਂ ਹੋਣ। ਕਿੰਨੇ ਟਾਈਮ ਚੋਕ ਲੈਂਦੇ ਮੱਝ? ਮੱਝ ਕਿਉਂ ਮੰਡੀਆਂ 'ਚੋਂ ਲਿਆਈਦੀ ਹੈ, ਤੇ ਕਈਆਂ ਚੋਈਆਂ ਹੁੰਦੀਆਂ, ਉੱਥੇ ਚੋਈਆਂ ਨਹੀਂ ਹੁੰਦੀਆਂ। ਠੀਕ ਹੈ। ਤੇ ਇੱਥੇ ਆ ਕੇ ਚੋਈਦੀਆਂ ਨੇ, ਤੇ 2 ਟਾਈਮ ਮੱਝਾਂ ਚੋਈਦੀਆਂ। ਅੱਛਾ, ਡੇਰੇ ਤੋਂ ਮੱਝਾਂ ਲੈਂਦੇ ਹੋ ਕਿ ਮੰਡੀਆਂ 'ਚ ਲੈਂਦੇ ਹੋ ਮੱਝਾਂ? ਮੰਡੀਆਂ ਵਿੱਚੋਂ ਵੀ ਲਈਦੀਆਂ ਨੇ ਤੇ ਡੇਰਿਆਂ ਵਿੱਚੋਂ ਵੀ ਲਈ। ਬਿਹਤਰ ਕਿੱਥੋਂ ਮਿਲਦੀਆਂ ਨੇ ਡੇਰਿਆਂ ਤੋਂ ਕਿ ਮੰਡੀਆਂ ਨੂੰ? ਡੇਰਿਆਂ ਤੋਂ ਚੰਗੀਆਂ ਮੱਝਾਂ ਮਿਲ ਜਾਂਦੀਆਂ। ਅੱਛਾ, ਮੱਝਾਂ ਲੈਣ ਜਾਂਦੇ ਤਾਂ ਤਜਰਬਾ ਵੀ ਹੈ ਮਾਸ਼ਾਅੱਲਾ। ਚੰਗੀ ਮੱਝ ਕਿੰਨੇ ਦੀ ਹੁਣ ਤੱਕ ਹੁਣ ਮਿਲ ਜਾਂਦੀ ਹੈ? ਹੁਣ ਜਿਹੜੀ ਚੰਗੀ ਮੱਝ ਹੈ 2.5 ਤੋਂ 3 ਲੱਖ ਦੀ ਮਿਲਦੀ ਹੈ। ਕਿੰਨਾ ਦੁੱਧ ਦੇ ਸਕਦੀ ਹੋ? ਦੁੱਧ ਆਇਆ ਹੀ ਹੈ ਕਿ 15-16 ਕਿਲੋ। ਤੁਹਾਡੇ ਕੋਲ ਐਸੀਆਂ ਮੱਝਾਂ ਕੋਈ ਹੈ ਜਿਹੜੀ 15-16 ਕਿਲੋ ਦੁੱਧ ਦਿੰਦੀਆਂ ਨੇ? ਜੀ, ਹੈ ਨੇ। ਮਾਸ਼ਾਅੱਲਾ, ਕਿੰਨੀਆਂ ਮੱਝਾਂ ਵਾਲੀਆਂ ਨੇ ਉਹ? ਕਿੰਨੀਆਂ ਮੱਝਾਂ ਜੇ? ਮੱਝਾਂ 3 ਨੇ ਉਹ। ਉਹ ਕਿੰਨੇ ਤੁਹਾਨੂੰ ਮਿਲੀਆਂ ਸਨ? ਉਹ ਸਾਨੂੰ ਉਦੋਂ ਸਸਤੀਆਂ ਪੈ ਗਈਆਂ। ਅੱਛਾ, 2-3 ਸਾਲ ਪਹਿਲੇ ਅਸੀਂ ਉਹ ਮੱਝਾਂ ਲਈਆਂ। ਹਾਂ ਹਾਂ, ਠੀਕ, ਸਹੀ ਹੈ। ਇੱਕ ਚੰਗੀ ਮੱਝ ਜਿਹੜੀ ਉਹ ਕਿੰਨੀ ਦੇਰ ਦੁੱਧ ਦੇ ਛੱਡਦੀ ਜੇ? ਤਕਰੀਬਨ ਉਹ ਜਿਹੜੀ 5-6 ਸਾਲ ਦਾ ਦੁੱਧ ਦੇ ਸਕਦੀ ਮੱਝ ਚੰਗਾ। ਮੈਂ ਸੂਹੇ ਇੱਕ ਸੂਹੇ ਵਿੱਚ ਉਹ ਕਿੰਨੇ ਮਹੀਨੇ ਦੁੱਧ ਦੇ ਛੱਡਦੀ ਉਹ? ਇੱਕ ਸੂਹੇ ਵਿੱਚ 6-7 ਮਹੀਨੇ ਦੁੱਧ ਦੇ। ਵੈਸੇ ਅਗਰ ਜਿਹੜੀ ਇੱਕ ਮੱਝ ਉਹ 6 ਸਾਲ ਤੱਕ ਰੈਗੂਲਰ ਦੁੱਧ ਦਿੰਦੀ ਰਹਿੰਦੀ ਹੈ ਮਸਲਨ, ਠੀਕ ਹੈ, ਕਰਾਸ ਹੋ ਕੇ ਜ਼ਬਰਦਸਤ ਹੋ ਗਿਆ। ਅੱਛਾ, ਤੁਹਾਡੇ ਕੋਲ ਮਾਸ਼ਾਅੱਲਾ ਮੀਨੀਆਂ ਮੱਝਾਂ ਕਿੰਨੀਆਂ ਨੇ ਇਸ ਟਾਈਮ? 2। ਇਹਦੀ ਕੀ ਖਾਸ ਵਜ੍ਹਾ, ਕਿਉਂ ਮੀਨੀਆਂ ਮੱਝਾਂ ਰੱਖੀਆਂ ਜੇ? ਮੀਨੀ ਮੱਝ ਦੁੱਧ ਬੜਾ ਦਿੰਦੀ ਹੈ। ਅੱਛਾ ਜੀ, ਜੀ ਕਿੰਨਾ ਦੁੱਧ ਦਿੰਦੀ ਹੈ? 14 ਕਿਲੋ ਦੁੱਧ ਦਿੰਦੀ ਵੀ ਜਿਹੜੀ ਸਾਡੇ ਕੋਲ ਇੱਕ ਮੱਝ ਤੇ ਇੱਕ ਸੂਣ ਵਾਲੀ। ਜਿਹੜੀ ਮੈਂ 14 ਕਿਲੋ ਦੁੱਧ ਦੇ ਰਹੀ ਹੈ ਮੀਨੀ, ਮੈਂ ਇਹਨੂੰ ਸੂਇਆ ਕਿੰਨੀ ਦੇਰ ਹੋ ਗਈ ਹੈ? ਇਹਨੂੰ ਸੂਇਆ ਕਿ 5-6 ਮਹੀਨੇ ਹੋ ਚੱਲੇ। ਤੇ ਇਹਦੀ ਮਾਸ਼ਾਅੱਲਾ ਐਵਰੇਜ ਫਿਰ ਅੱਛੀ ਹੈ ਜੀ। ਤੇ ਤੁਸੀਂ ਇਸ ਟਾਈਮ ਛੋਟੇ ਮੋਟੇ ਟੋਟਲ ਕਿੰਨੇ ਜਾਨਵਰ ਨੇ? ਛੋਟੇ ਮੋਟੇ ਹੈ 25-30। 25-30 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ? ਇੱਕ ਤੇ ਤੁਸੀਂ ਖੁਦ ਹੋ ਨਾ, ਨਾਲ ਕੋਈ ਮੁਲਾਜ਼ਮ ਵੀ ਰੱਖਿਆ ਹੈ? ਜੀ, ਇੱਕ ਹੈ। ਇੱਕ ਮੁਲਾਜ਼ਮ ਹੈ ਮਾਸ਼ਾਅੱਲਾ। 2 ਤੁਸੀਂ ਜਿਹੜਾ ਨਾ ਕਿ ਭਾਈ ਮਿਲ ਕੇ ਇਹਨਾਂ ਨੂੰ ਸੰਭਾਲਦੇ ਹੋ ਪੇ, ਤੇ ਤੁਸੀਂ ਸਿਰਫ ਜਾਨਵਰਾਂ ਨੂੰ ਹੀ ਸੰਭਾਲਦੇ ਹੋ ਜਾਂ ਕਿ ਨਾਲ ਪੜ੍ਹਦੇ ਵੀ ਪਏ? ਪੜ੍ਹਦੇ ਵੀ ਪਏ ਹਾਂ ਅਸੀਂ। ਕਿੰਨਵੀਂ 'ਚ ਪੜ੍ਹਦੇ ਹੋ? 10ਵੀਂ ਕਲਾਸ 'ਚ। ਮਾਸ਼ਾਅੱਲਾ, ਯਾਨੀ ਕਿ ਤੁਸੀਂ ਫਿਰ ਬੜੇ ਮਿਹਨਤੀ ਹੋ, ਪੜ੍ਹਾਈ ਵੀ ਹੋ ਰਹੀ ਹੈ ਤੇ ਨਾਲ ਇਹ ਕਾਰੋਬਾਰ ਵੀ ਹੋ ਰਿਹਾ। ਪੜ੍ਹਾਈ ਦੇ ਨਾਲ ਇਹ ਕਾਰੋਬਾਰ ਕਰਨਾ ਮੁਸ਼ਕਲ ਨਹੀਂ? ਨਹੀਂ, ਸਾਡੇ ਵਾਸਤੇ ਤਾਂ ਕੋਈ ਮੁਸ਼ਕਲ ਨਹੀਂ, ਤੇ ਬਾਕੀਆਂ ਦਾ ਪਤਾ ਕੋਈ ਨਹੀਂ, ਕਿਉਂਕਿ ਸਾਨੂੰ ਆਦਤ ਹੈ। ਸਹੀ ਹੈ। 5 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? 4 ਕਿੱਲੇ। ਜ਼ਮੀਨ ਆਪਣੀ ਹੈ ਜੀ? 4 ਕਿੱਲੇ ਕਾਫੀ ਨੇ ਕਿ ਘੱਟ ਪੈ ਜਾਂਦੇ ਨੇ? ਕਾਫੀ ਨੇ। ਅੱਜ ਕੱਲ ਤੁਸੀਂ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਏ? ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਖਿਲਾਉਂਦੇ ਪਿਲਾਉਂਦੇ ਹੋ? ਚੁਆਈ ਕਿਸ ਟਾਈਮ ਕਰਦੇ ਹੋ? ਰੋਜ਼ਾਨਾ ਦੀ ਰੂਟੀਨ ਦੱਸੋ। 10 ਵਜੇ ਨਾਲ ਪੱਠੇ ਪਾਏਦੇ ਨੇ, 12-1 ਵਜੇ ਨਾਲ ਪਾਣੀ ਡਾ ਕੇ ਪਿੱਛੇ ਬੰਨਦੇ, ਤੇ 3 ਵਜੇ ਨਾਲ ਚੁਆਈ ਲਾ ਕੇ ਚੋ ਕੇ, ਤੇ ਫਿਰ ਮੱਝਾਂ ਨੂੰ ਅੰਦਰ ਪਰਾਲੀ ਪਾਏ ਤੇ ਬੰਨ ਛੱਡੀਦਾ। ਸਵੇਰ ਕਿੰਨੇ ਵਜੇ ਚੁਆਈ ਕਰਦੇ ਹੋ? ਸਵੇਰ 4 ਵਜੇ।
ਇਹ ਜਿਹੜੇ ਪੱਠੇ ਨੇ ਪੱਠਿਆਂ ਵਿੱਚ ਪਰਾਲੀ ਤੇ ਹੋਰ ਕੀ ਖਿਲਾਉਂਦੇ ਹੋ? ਪਰਾਲੀ ਤੇ ਸਟਾਲਾ। ਪਰਾਲੀ ਤੇ ਸਟਾਲਾ ਤੇ ਵੰਡਾ? ਵੰਡਾ ਖਾਲੀ ਸ਼ਾਮੀ ਪਾਏ ਦੇ ਖਾਲੀ ਤੇ ਚੋਖਰ। ਰੋਜ਼ਾਨਾ ਦੀ ਕਿੰਨੀ ਖਲ ਪਾਉਂਦੇ ਹੋ? ਇੱਕ ਤੋੜਾ। ਇਹ ਕਿੰਨੇ ਜਾਨਵਰਾਂ ਨੂੰ? ਪੰਜਾਂ ਨੂੰ। ਪੰਜਾਂ ਨੂੰ ਜੀ ਇੱਕ ਤੋੜਾ। ਉਹ ਤੋੜਾ ਕਿੰਨੇ ਮੰਦ ਹੈ? ਨਹੀਂ 32-33 ਕਿਲੋ ਦਾ। ਅੱਛਾ, ਯਾਨੀ ਕਿ ਜਿਹੜੀਆਂ ਦੁੱਧ ਦੇ ਰਹੀਆਂ ਨੇ ਸਿਰਫ ਉਹਨਾਂ ਨੂੰ ਖਿਲਾਉਂਦੇ ਹੋ ਜੀ? ਅੱਗੇ ਤੁਸੀਂ ਬੱਚਤ ਆਪਣੀ ਦੱਸੀਏ, ਤਕਰੀਬਨ ਰੋਜ਼ਾਨਾ ਦੀ 3000 ਹੈ ਜੀ। ਖਰਚਾ ਨਾ ਤੇ ਕਿੰਨਾ ਹੁੰਦਾ ਹੈ? ਤੁਹਾਡਾ ਖਰਚਾ ਕੀ ਹੈ? ਸਾਡਾ ਖਰਚਾ ਇਹ ਖਾਲ ਦੀ ਬੋਰੀ ਬਸ। ਅੱਛਾ, ਤੇ ਇਸ ਤੋਂ ਇਲਾਵਾ ਯਾਨੀ ਕਿ ਚਾਰਾ ਤੁਹਾਡਾ ਘਰ ਦਾ ਜੀ? ਤੇ ਮੁਲਾਜ਼ਮ ਦੀ ਕਿੰਨੀ ਤਨਖਾਹ ਹੈ? ਮੁਲਾਜ਼ਮ ਦੀ 15,000। ਇਸ ਤੋਂ ਇਲਾਵਾ ਕੋਈ ਖਾਣ ਪੀਣ ਵੀ ਦਿੰਦੇ ਉਹਨੂੰ ਜੀ? ਠੀਕ। ਅੱਛਾ, ਇਹਨਾਂ ਜਾਨਵਰਾਂ ਵਾਸਤੇ ਜਿਹੜਾ ਚਾਰਾ ਕਿੰਨਾ ਕਾਸ਼ ਕੀਤਾ ਜੇ? 4 ਕਿੱਲੇ। 4 ਕਿੱਲੇ ਸਟਾਲਾ ਹੀ ਹਾਲੀ ਜੀ? ਨਾਲ ਕੋਈ ਹੋਰ ਚੀਜ਼ ਇਸਤੇਮਾਲ ਕਰਵਾ ਰਹੇ ਹੋ ਉਹਨਾਂ ਨੂੰ? ਉਹ ਪੁਰਾਣੀ ਬਸ ਕੁਤਰ ਕੇ ਤੇ ਪਾਈ ਦੀ। ਅੱਛਾ, ਜਿਹੜੀ ਪਰਾਲੀ ਹੁੰਦੀ ਹੈ ਉਹ ਬਾਦੀ ਹੁੰਦੀ ਹੈ ਤੇ ਉਹਨਾਂ ਚੰਗੀ ਨਹੀਂ ਹੁੰਦੀ ਕੋਈ, ਉਹਦੇ ਵਾਸਤੇ ਕੀ ਬਾਦੀ ਦੂਰ ਕਰਨ ਵਾਸਤੇ ਕੀ ਦਿੰਦੇ ਇਹਨਾਂ ਨੂੰ? ਮਸਾਲਾ। ਕਿਹੜਾ ਮਸਾਲਾ? ਕਿਹੜੀ ਕਿਹੜੀ ਚੀਜ਼? ਮਸਾਲਾ ਉਹ ਪਿੰਨੀਆਂ ਦਾ ਹੁੰਦਾ, ਬਣਿਆ ਬਣਾਇਆ ਲੱਭਦਾ, ਉਹ ਲਿਆ ਕੇ ਦੇਈਦਾ। 70 ਰੁਪਏ ਦਾ ਪੈਕਟ ਲੱਭਦਾ ਇੱਕ। ਇੱਕ ਮੱਝ ਨੂੰ ਕਿੰਨਾ ਦਿੰਦੇ ਹੋ? 2 ਪਿੰਨੀਆਂ। 2 ਪਿੰਨੀਆਂ ਕਿਹੜੇ ਟਾਈਮ ਦਿੰਦੇ ਹੋ? ਮੱਝਾਂ ਚੋ ਕੇ ਸ਼ਾਮੀ ਦਿੰਦੇ ਆ ਜਦੋਂ ਅੰਦਰ। ਅੱਛਾ, ਇੱਕ ਮੁਨਫਰਦ ਚੀਜ਼ ਤੁਹਾਡੇ ਵੇਖੀਏ, ਲੋਕ ਜਿਹੜੇ ਨੇ ਉਹ ਤਕਰੀਬਨ 2 ਵਜੇ ਨਾਲ ਪੱਠੇ ਪਾਉਂਦੇ ਨੇ, ਤੁਸੀਂ ਉਹਨਾਂ ਅਸੀਂ 10 ਵਜੇ ਪੱਠੇ ਪਾ ਕੇ ਜਾਨਵਰਾਂ ਪਿਛਾਂ ਬੰਨ ਦਿੰਦੇ ਹਾਂ, ਉਹਦੀ ਕੀ ਖਾਸ ਵਜ੍ਹਾ ਹੈ? ਉਹਦੀ ਖਾਸ ਵਜ੍ਹਾ ਕਿ ਮੱਝਾਂ ਖਾ ਖੂ ਕੇ ਸਹੀ ਰਿਲੈਕਸ ਹੋ ਕੇ ਬਹਿ ਜਾਂਦੀਆਂ ਨੇ, ਪਾਣੀ ਠੀਕ ਹੈ ਤੇ ਸ਼ਾਮੀ ਚੋਈਦੀਆਂ ਵੀ ਹੈ। ਅੱਛਾ, ਨੌਜਵਾਨ ਬੰਦੇ ਜਿਹੜੇ ਨੇ ਇਸ ਕੰਮ ਵਿੱਚ ਆਉਂਦੇ ਨੇ, ਉਹਨਾਂ ਨੂੰ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਵੇ, ਤੁਹਾਨੂੰ ਅੱਜ ਤੱਕ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ? ਸਾਨੂੰ ਕੋਈ ਨੁਕਸਾਨ ਨਹੀਂ ਹੋਇਆ, ਸਾਨੂੰ ਜੋ ਵੀ ਹੋਇਆ ਫਾਇਦਾ ਹੀ ਹੋਇਆ, ਕਿਉਂਕਿ ਅੱਗੋਂ ਮੱਝਾਂ ਸੁਣਦੀਆਂ ਨੇ, ਦੁੱਧ ਵੀ ਦਿੰਦੀਆਂ, ਪਿੱਛੋਂ ਜਾ ਵੀ ਤਿਆਰ ਹੋ ਜਾਂਦੇ ਨੇ, ਤੇ ਇਸ ਵਾਸਤੇ ਜਿਹੜਾ ਕੰਮ ਤੁਰਿਆ ਰਹਿੰਦਾ। ਸਰਦੀਆਂ ਦੇ ਵਿੱਚ ਕਿੰਨੇ ਦੇਰ ਬਾਅਦ ਮੱਝਾਂ ਨਵਾਉਂਦੇ ਹੋ? ਸਰਦੀਆਂ ਹਫ਼ਤੇ ਬਾਅਦ। ਹਫ਼ਤੇ ਬਾਅਦ? ਤੇ ਤਲਾਬ ਬਣਾਇਆ ਜੇ ਕਿ ਆਪ ਹੀ ਨਵਾਉਂਦੇ ਇਹਨਾਂ ਨੂੰ? ਤਲਾਬ ਬਣਾਇਆ, ਆਪ ਹੀ ਨਵਾਉਂਦੇ ਹਾਂ, ਵਿੱਚ ਵੜ ਕੇ ਉੱਚਾ ਸੁੱਚਾ ਮਾਰ ਕੇ ਇਸ ਤਰ੍ਹਾਂ ਨਵਾਉਂਦੇ ਹਾਂ। ਜਾਨਵਰ ਬੜੇ ਖੂਬਸੂਰਤ ਨੇ, ਤੇ ਇਹ ਜਿਹੜਾ ਸ਼ੈੱਡ ਬਣਾਇਆ ਜੇ ਕਿੰਨੀ ਜਗ੍ਹਾ 'ਚ ਬਣਾਇਆ ਜੇ ਇੰਨੇ ਜਾਨਵਰਾਂ ਵਾਸਤੇ? ਇਹ 2 ਕਨਾਲਾਂ 'ਚ। 2 ਕਨਾਲਾਂ 'ਚ ਸਹੀ ਹੋ। 2 ਕਨਾਲ ਤੇ ਤੁਹਾਡਾ ਪੂਰਾ ਫਾਰਮ ਹੈ ਨਾ? ਇਹ ਜਿਹੜਾ ਸ਼ੈੱਡ ਹੈ 36 ਜਗ੍ਹਾ, ਇਹ ਕਿੰਨੀ ਹੈ? ਇਹ ਵਾਲੀ ਜੀ ਉਹ ਸਾਹਮਣੀ 70 ਫੁੱਟ ਲੰਬਾਈ ਹੈ ਜੀ, ਤੇ ਚੌੜਾਈ ਕਿੰਨੀ ਹੈ? ਚੌੜਾਈ ਹੈ 13-14 ਫੁੱਟ ਹੈ। ਤੇ ਜਿਹੜਾ ਤੁਹਾਡਾ ਆ ਹੋਜ਼ ਹੈ ਇਹਨਾਂ ਵਾਸਤੇ, ਤਲਾਬ ਹੈ ਜੀ, ਉਹਦੀ ਗਹਿਰਾਈ ਕਿੰਨੀ ਹੈ? ਉਹਦੀ ਗਹਿਰਾਈ 4-5 ਫੁੱਟ ਹੈ। 4-5 ਫੁੱਟ ਲੰਬਾਈ ਚੌੜਾਈ ਕਿੰਨੀ ਹੈ? ਲੰਬਾਈ ਚੌੜਾਈ ਤੇ ਹੈ ਕੋਈ 8-9 ਫੁੱਟ ਤੇ ਲੰਬਾਈ ਜ਼ਿਆਦਾ ਹੈ ਕੋਈ ਤਕਰੀਬਨ 15-20 ਫੁੱਟ 15-20 ਫੁੱਟ ਹੈ ਵੇ। ਇਹਦੇ ਅੰਦਰ ਇੱਕ ਵਕਤ ਵਿੱਚ ਕਿੰਨੇ ਜਾਨਵਰ ਨਹਾ ਲੈਂਦੇ ਨੇ? ਸਾਰੇ ਹੈ, ਜਿੰਨੀਆਂ ਮੱਝਾਂ ਤੇ ਛੋਟੇ ਜਾਨ ਸਾਰੇ ਨਹਾ ਕਰਦੇ ਨੇ। ਠੀਕ। ਅੱਛਾ, ਇਹ ਦੱਸੋ ਕਿ ਕੋਈ ਵੀ ਕੰਮ ਹੈ ਉਹਦੇ ਵਿੱਚ ਮੁਸ਼ਕਲਾਂ ਤੇ ਮਸਾਇਲ ਵੀ ਹੁੰਦੇ ਨੇ, ਤੁਹਾਡਾ ਜਿਹੜਾ ਜਾਨਵਰਾਂ ਦਾ ਕਾਰੋਬਾਰ ਹੈ ਇਹਦੇ ਵਿੱਚ ਕਿਹੜੀ ਮੁਸ਼ਕਲਾਂ ਤੇ ਕਿਹੜੇ ਮਸਾਇਲ ਨੇ? ਇਹਦੇ ਵਿੱਚ ਕੋਈ ਮੁਸ਼ਕਲਾਂ ਤੇ ਮਸਾਇਲ ਕੋਈ ਨਹੀਂ ਹੈ। ਕੋਈ ਮਸਾਇਲ ਨਹੀਂ ਤੁਹਾਨੂੰ? ਚਾਰਾ ਤੁਹਾਡਾ ਘਰ ਦਾ, ਲੇਬਰ ਦਾ ਕਹਿੰਦੇ ਨੇ ਮਸਲਾ ਹੈ, ਤੁਹਾਨੂੰ ਤੇ ਨਹੀਂ ਕੋਈ ਲੇਬਰ ਦਾ ਮਸਲਾ? ਇਹ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਨੇ ਭਾਈ, ਕਿੰਨੇ ਅਰਸੇ ਤੋਂ ਨੇ? ਇਹ ਹੁਣ ਹੀ ਆਏ ਨੇ, ਨਵੇਂ ਆਏ ਨੇ, ਕੋਈ 2-3 ਮਹੀਨੇ ਹੋਏ ਨੇ। ਇਸ ਤੋਂ ਪਹਿਲੇ ਕਿਹੜੇ ਹਨ? ਇਸ ਤੋਂ ਪਹਿਲੇ ਇੱਕ ਹੋਰ ਹਨ, ਉਹਨਾਂ 14-15 ਸਾਲ ਕਰ ਕੇ ਗਏ ਨੇ ਇੱਥੇ ਕੰਮ ਸਾਡੇ ਕੋਲ, ਹੁਣ ਉਹ ਛੱਡ ਗਏ ਨੇ। ਉਹ ਕੀ ਵਜ੍ਹਾ ਬਣੀ ਹੈ, ਉਹ ਕਿਉਂ ਚਲੇ ਗਏ ਨੇ? ਪਤਾ ਨਹੀਂ, ਕੋਈ ਮਜਬੂਰੀ ਬਣੀ ਤੇ ਉਹ ਤੁਰ ਗਏ। ਅੱਛਾ ਪਿਆਰੇ ਭਾਈ, ਇਸ ਕੰਮ ਨੂੰ ਵਧਾਉਣਾ ਸੋਚ ਰਹੇ ਹੋ ਘਟਾਉਣਾ? ਵਧਾਉਣ ਦਾ ਮਾਸ਼ਾਅੱਲਾ, ਕੀ ਖੁਆਇਸ਼ ਕਿੰਨੇ ਜਾਨਵਰ ਬਣਾਓਗੇ? ਸਾਡੀ ਖੁਆਇਸ਼ ਹੈ ਕਿ 20-25 ਜਾਨਵਰ ਜਿਹੜੇ ਵੱਡੇ ਬਣਾਈਏ। ਅੱਛਾ, ਅਗਰ ਇੱਕ ਬੰਦਾ 20-25 ਜਾਨਵਰ ਰੱਖਦਾ ਵੇ, ਉਹਨੂੰ ਕਿੰਨੀ ਕੁ ਪ੍ਰੋਫਿਟ ਆ ਸਕਦੀ ਹੈ? ਅੱਛਾ ਸਿਲਸਿਲਾ ਚੱਲ ਸਕਦਾ ਉਹਦਾ ਜੀ? ਤੇ ਤੁਸੀਂ ਅੱਜ ਤੱਕ ਇਹਨਾਂ ਜਾਨਵਰਾਂ ਤੋਂ ਕੀ ਕੀ ਬਣਾਇਆ ਹੈ, ਕੋਈ ਅੰਦਾਜ਼ਾ? ਅਸੀਂ ਜਾਨਵਰਾਂ ਤੋਂ ਜਾਨਵਰ ਹੀ ਬਣਾਏ ਨੇ, ਹੋਰ ਕੁਝ ਨਹੀਂ ਬਣਾਇਆ। ਜ਼ਬਰਦਸਤ, ਠੀਕ ਹੋ ਗਿਆ। ਕਿੰਨੇ ਜਾਨਵਰਾਂ ਤੋਂ ਬਣਾਇਆ ਜਾ ਜਾਨਵਰ? 2-3 ਜਾਨਵਰਾਂ ਪਹਿਲੇ ਸਾਡੇ ਕੋਲ। ਅੱਛਾ, ਦੁੱਧ ਦੇ ਕੇ ਬਣਾਇਆ ਜੇ ਜੀ? ਮਾਸ਼ਾਅੱਲਾ, ਇਸ ਟਾਈਮ 5 ਜਾਨਵਰ ਦੱਸਿਆ ਜੇ ਟੋਟਲ ਜੀ? ਜਿਹੜੇ ਛੋਟੇ ਜਾਨ ਨੇ ਇਹਨਾਂ ਦੇ ਕਟੀਆਂ ਕੱਟੇ ਨੇ, ਸਭ ਕੁਝ ਪਾ ਕੇ 30 ਜਾਨਵਰ। 30 ਜਾਨਵਰ ਨੇ ਕਟੀਆਂ ਕੱਟੇ, ਸੇਲ ਕਰ ਦਿੰਦੇ ਹੋ ਜਾਂ ਕਿ ਕਟੀਆਂ ਆਪਣੇ ਫਾਰਮ ਤੇ ਰੱਖ ਕੇ ਮੱਝਾਂ ਬਣਾਉਂਦੇ ਹੋ? ਕੋਈ ਸੇਲ ਕਰਦੇ ਦੀਆਂ ਤੇ ਕੋਈ ਜਿਹੜੀਆਂ ਨੇ ਪਾਲ ਕੇ ਵੱਡੀਆਂ ਕਰਕੇ ਤੇ ਫਿਰ ਉਹਨਾਂ ਨੂੰ। ਇਹ ਜਿਹੜੇ ਜਾਨ ਨੇ ਇਹਨਾਂ ਦੀ ਕਿੰਜ ਤਿਆਰੀ ਕਰਦੇ ਹੋ, ਇਹਨਾਂ ਨੂੰ ਇਹਨਾਂ ਦੀ ਸਿਹਤ ਦਾ ਕਿੰਜ ਖਿਆਲ ਰੱਖਦੇ ਹੋ ਤਾਂ ਕਿ ਇਹਨਾਂ ਦੀ ਜਿਹੜੀ ਸ਼ਰਅ ਮੁਆਤ ਉਹ ਕੰਮ ਹੋਏ? ਮੱਝਾਂ ਦੇ ਨਾਲ ਹੀ ਉਹਨਾਂ ਨੂੰ ਪੱਟੇ ਛੱਟੇ ਪਾਈ ਦੇ ਨੇ ਤੇ ਸ਼ਾਮ ਨੂੰ ਉਹਨਾਂ ਨੂੰ ਵੰਡਾ ਵੱਖਰੇ ਪਾ ਦੇਈਦਾ। ਇਹ ਬੱਚਿਆਂ ਨੂੰ ਜੀ? ਇਹ ਵੰਡਾ ਕਿੰਨੇ ਮਹੀਨੇ ਦਾ ਹੁੰਦਾ ਤੇ ਸ਼ੁਰੂ ਕਰਾਉਂਦੇ ਹੋ? ਇਹ ਤਕਰੀਬਨ ਸਾਲ ਦਾ ਹੁੰਦਾ ਤੇ ਫਿਰ। ਅੱਛਾ, ਇਹ ਕਿੰਨਾ ਕੁ ਵੰਡਾ ਖਿਲਾਉਂਦੇ ਉਹਨਾਂ ਨੂੰ? ਵੰਡਾ ਹੈ ਕਿ ਅੱਧੀ ਬੋਰੀ ਖਾਂਦੀ ਲੱਗ ਜਿਹੜੀ ਇਹਨਾਂ ਛੋਟੇ ਬੱਚਿਆਂ ਨੂੰ ਖਿਲਾ। ਉਹ ਅਲੱਗਦਾ ਜੀ? ਤੇ ਦੁੱਧ ਕਿੰਨਾ ਕੁ ਛੱਡਦੇ ਉਹਨਾਂ ਨੂੰ? ਦੁੱਧ 2-3 ਜਾਨ ਹੈ ਹੁਣ ਤੇ ਉਹਨਾਂ ਨੂੰ ਛੱਡੀਦਾ ਕੋਈ ਇੱਕ ਇੱਕ ਥਣ ਮੱਝ ਦਾ ਦੁੱਧ। ਠੀਕ ਹੈ। ਤੁਹਾਡੀ ਜਿਹੜੀ ਸਭ ਤੋਂ ਚੰਗੀ ਮਹਿਮ ਹੈ
ਇਸ ਟਾਈਮ ਸੂਈ ਹੋਏ ਜਾਂ ਸੂਣ ਵਾਲੀ ਹੈ? ਸੂਣ ਵਾਲੀ ਜਿਹਨੂੰ ਤੁਸੀਂ ਚੰਗੀ ਸਮਝਦੇ ਹੋ, ਸਾਡੇ ਨਾਜ਼ਰੀਨ ਨੂੰ ਦੱਸੋ। ਅੱਛਾ ਭਾਈ ਜਾਨ, ਜਿਹੜੀ ਸਭ ਤੋਂ ਚੰਗੀ ਮੈਂ ਇਹ ਸਾਹਮਣੇ ਜਿਹੜੀ ਨਜ਼ਰ ਆ ਰਹੀ ਹੈ ਐਲ ਹੀ ਹੈ ਜੀ। ਠੀਕ ਹੈ, ਇਹ ਸੂਣ ਵਾਲੀ ਹੈ ਜੀ? ਕਿੰਨੇ ਮਹੀਨੇ ਦੀ ਗੱਬਨ ਹੈ? ਇਹ ਕੋਈ 6 ਮਹੀਨੇ ਦੀ। ਫੜ ਕੇ ਦਿਖਾਓ ਇਹਨੂੰ। 6 ਮਹੀਨੇ ਦੀ ਗੱਬਨ ਹੈ। ਕਿੰਨਵੇਂ ਸੂਏ ਵੇ ਹੁਣ? ਇਹ ਹੁਣ 5ਵੇਂ 6ਵੇਂ ਸੂਏ। 5ਵੇਂ 6ਵੇਂ ਕਿੰਨੇ ਦੀ ਲੈ ਕੇ ਆਇਆ? ਕਿੰਨੇ ਦੀ ਲੈ ਕੇ ਆਇਆ? 2.5 ਲੱਖ। ਇਹ ਕਿੰਨੇ ਸਾਲ ਪਹਿਲੇ? 3 ਸਾਲ ਪਹਿਲੇ। ਇਹਨੇ ਆਪਣੇ ਜਿਹੜਾ ਪਿਛਲਾ ਸੂਆ ਵੇ ਉਦੋਂ ਸਭ ਤੋਂ ਜ਼ਿਆਦਾ ਕਿੰਨਾ ਦੁੱਧ ਦਿੱਤਾ ਇਹਨੇ? ਇਸ ਤੋਂ ਪਿਛਲਾ ਸੂਆ ਜਿਹੜਾ ਇਹਨੇ ਸਭ ਤੋਂ ਜ਼ਿਆਦਾ ਦੁੱਧ ਦਿੱਤਾ 14 ਕਿਲੋ ਦੋ ਟਾਈਮਾਂ ਦਾ। ਮਾਸ਼ਾਅੱਲਾ। ਇਹ ਨੀਲੀ ਰਾਵੀ ਦੀ ਮੈਂ ਵੇ ਜੀ? ਠੀਕ ਹੈ, ਥੋੜ੍ਹੇ ਇੱਧਰ ਹੋਇਓ ਭਾਈ, ਜ਼ਰਾ ਨਾਜ਼ਰੀਨ ਨੂੰ ਵਿਖਾਈਏ। ਇਹ ਭਾਈ ਯਾਰਾਂ ਦੀ ਸਭ ਤੋਂ ਚੰਗੀ ਮੈਂ ਜਨਾਬ ਨੀਲੀ ਰਾਵੀ ਦੀ। ਠੀਕ ਹੈ। ਅੱਛਾ ਭਾਈ, ਮਾਸ਼ਾਅੱਲਾ ਕਾਫੀ ਕੀਮਤੀ ਗੱਲਾਂ ਕੀਤੀਆਂ ਨੇ ਤੁਸੀਂ। ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਏ, ਉਹਨਾਂ ਦਾ ਜ਼ੇਨ ਡੇਅਰੀ ਫਾਰਮ ਦਾ ਕਾਰੋਬਾਰ ਸ਼ੁਰੂ ਕਰਨਾ, ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ। ਉਹਨਾਂ ਨੂੰ ਅੱਛਾ ਮਸ਼ਵਰਾ ਦੇਣਾ ਕਿ 8-10 ਮੱਝਾਂ ਜਿਹੜੀਆਂ ਸਹੀ ਦੁੱਧ ਦਿੰਦੀਆਂ ਨੇ, ਕਿ 6-7 ਹਜ਼ਾਰ ਰੁਪਇਆ ਰੋਜ਼ ਦਾ ਸ਼ਾਮ ਨੂੰ ਮਿਲ ਜਾਂਦਾ, ਬੜਾ ਫਾਇਦਾ ਹੁੰਦਾ ਉਹਨਾਂ ਨੂੰ। ਅਤੇ ਜਿਹੜਾ ਨਾ ਕੋਈ 15-20 ਲੱਖ ਦੀ 22 ਜਿੰਨੀਆਂ ਵੀ ਹੋਣ, 10 ਕੁ ਮੱਝਾਂ ਹੁੰਦੀਆਂ ਸਹੀ ਦੁੱਧ ਦੇਣ, ਅਤੇ ਬੜਾ ਫਾਇਦਾ ਹੁੰਦਾ ਉਹਨਾਂ। ਅਤੇ ਜਿਹੜਾ ਕਾਰੋਬਾਰ ਕਰਨਾ ਚਾਹੀਦਾ, ਕਰਨਾ ਚਾਹੀਦਾ, ਬਹੁਤ ਅੱਛਾ ਹੈ। ਅਤੇ ਬੜਾ ਲੈ ਵੇ ਕਿ ਥੋੜ੍ਹੀ ਜਿਹੀ ਦਿੱਕਤ ਵੀ ਹੁੰਦੀ ਹੈ ਬਾਰਿਸ਼ਾਂ ਕਣੀਆਂ ਦੇ ਵਿੱਚ, ਅਤੇ ਇਹਦੇ ਵਿੱਚ ਕੋਈ ਨਹੀਂ, 1-2 ਦਿਨ ਹੀ ਹੁੰਦੀ ਹੈ, ਬਾਕੀ ਤਾਂ ਸਾਰਾ ਸਾਲ ਫਿਰ ਬਹਿ ਕੇ ਜਿਹੜਾ ਗੁਜ਼ਾਰਨ ਨਹੀਂ ਹੈ, 2-4 ਘੰਟਿਆਂ ਦਾ ਸਾਰਾ ਕੰਮ ਹੁੰਦਾ। ਅਤੇ ਬਸ ਇਹ ਵੇ ਕਿ ਜਿਹੜੇ ਕਰਨਾ ਚਾਹੁੰਦੇ ਨੇ ਆਪਣਾ ਡੇਅਰੀ ਫਾਰਮ ਦਾ ਕਾਰੋਬਾਰ, ਉਹ ਕਰ ਸਕਦੇ ਨੇ। ਅਤੇ ਯਾਨੀ ਕਿ ਕੰਮ ਨਫਾ ਬਖਸ਼ ਜੀ। ਜੀ ਭਾਈ ਜਾਨ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਗੁਫਤਗੂ ਕੀਤੀ ਹੈ। ਅੱਲਾ ਹਾਫਿਜ਼।